ਮੈਂ ਸਾਰੀ ਸਮੁੱਚੀ ਲੀਡਰਸ਼ਿਪ, ਆਦਰਣੀ ਸੁਪਰੀਮੋ ਕੇਜਰੀਵਾਲ ਜੀ, ਅਰਵਿੰਦ ਕੇਜਰੀਵਾਲ ਜੀ, ਆਦਰਣੀ ਡਾਕਟਰ ਸੰਦੀਪ ਪਾਠਕ, ਮੈਂਬਰ ਆਫ ਰਾਜ ਸਭਾ, ਸਾਡੇ ਬਹੁਤ ਹੀ ਆਦਰਣੀਏ ਲੋਕਪ੍ਰਿਯ ਚੀਫ ਮਿਨਿਸਟਰ ਭਗਵੰਤ ਮਾਨ ਜੀ, ਬਾਕੀ ਸਾਰੀ ਮੇਰੀ ਲੀਡਰਸ਼ਿਪ ਪੰਜਾਬ ਦੀ, ਦਿੱਲੀ ਦੀ, ਜਿਹੜੀ ਵੀ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੀ, ਮੈਂ ਸਾਰਿਆਂ ਦਾ, ਮੈਨੂੰ ਵਾਈਸ ਪ੍ਰੈਜੀਡੈਂਟ ਪੰਜਾਬ ਅਪੁਆਇੰਟ ਕਰਨ 'ਤੇ ਸਾਰਿਆਂ ਦਾ ਧੰਨਵਾਦ ਕਰਦਾ ਔਰ ਉਮੀਦ ਕਰਦਾ ਔਰ ਉਹਨਾਂ ਨੂੰ ਯਕੀਨ ਦਿਲਾਉਣਾ ਕਿ ਜਿਹੜਾ ਤੁਸੀਂ ਮੇਰੇ ਤੋਂ ਉਮੀਦ ਕੀਤੀ ਹੈ ਉਹ ਤੋਂ ਖਰਾ ਨਿਕਲਾਂਗੇ ਔਰ ਚੰਗਾ ਦਬਾ ਕੇ ਕੰਮ ਕਰਾਂਗੇ। ਔਰ ਅੱਜ ਮੇਰੇ ਨਾਲ ਮੇਰੀ ਸਾਰੀ ਟੀਮ, ਮੇਰੇ ਬੇਸਿਕਲੀ ਇਹ ਅੱਜ ਕਾਨਫਰੰਸ ਸੁਜਾਨਪੁਰ ਵਿਧਾਨ ਸਭਾ ਦੀ ਹੈਗੀ ਹੈ, ਮੇਰੇ ਸਾਰੇ ਵੀਰ ਮੇਰੇ ਨਾਲ ਬੈਠੇ ਨੇ, ਅਮਿਤ ਮੱਡੂ ਜੀ ਸਾਡੇ ਹਲਕਾ ਇੰਚਾਰਜ ਨੇ, ਜੋਤੀ ਜੀ ਮੇਰੇ ਐਡਵੋਕੇਟ ਸਾਹਿਬ ਮੇਰੇ ਬਹੁਤ ਆਦਰਣੀ, ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤਾ, ਇਹਨਾਂ ਦਾ ਵੀ ਵੈਲਕਮ ਕਰਦਾ। ਮੇਰੇ ਛੋਟੇ ਵੀਰ ਨਾਲ ਬੈਠੇ ਹੋਏ ਨੇ, ਭਾਨੂ ਪ੍ਰਤਾਪ ਜੀ, ਸਾਬਾ ਜੀ ਮੇਰੇ ਨਾਲ ਬੈਠੇ, ਪਠਾਨੀਆ ਜੀ, ਸੁਭਾਸ਼ ਸਲਾਰੀਆ, ਰਕੇਸ਼ ਮਾਦਿਨ ਜੀ, ਸਾਰੀ ਸਮੁੱਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ। ਅੱਜ ਮੈਂ ਤੁਹਾਨੂੰ ਯਕੀਨ ਦਿਲਾਉਣਾ ਕਿ ਜਿਹੜਾ ਗਲਤ ਫਹਿਮੀ 'ਚ ਦੁਨੀਆ ਬੈਠੀ ਸੀਗੀ ਕਿ ਬਹੁਤ ਕਰਪਸ਼ਨ ਹੈ ਪਠਾਨਕੋਟ 'ਚ, ਕੰਮ ਨਹੀਂ ਹੁੰਦਾ, ਅਫਸਰ ਕੰਮ ਨਹੀਂ ਕਰਦੇ, ਅੱਜ ਇਹ ਮੈਸੇਜ ਸਾਰਿਆਂ ਨੂੰ ਕਲੀਅਰ ਹੋ ਜਾਣਾ ਚਾਹੀਦਾ ਕਿ ਕੋਈ ਅਫਸਰ ਅਗਰ ਪਬਲਿਕ ਦਾ ਕੰਮ ਨਹੀਂ ਕਰਦਾ ਔਰ ਪੈਸੇ ਮੰਗਦਾ ਹੈ, ਮੇਰਾ ਨੰਬਰ ਤੁਹਾਨੂੰ ਸਾਰਿਆਂ ਨੂੰ ਪਤਾ, ਮੈਨੂੰ ਦੱਸਿਓ, ਮੈਂ ਉਸ ਅਫਸਰ ਦੀ ਜਗ੍ਹਾ ਇੱਕੋ ਹੀ ਜਗ੍ਹਾ ਹੋਏਗੀ ਜੇਲ੍ਹ ਵਿੱਚ, ਔਰ ਉਹ ਕੰਮ ਵੀ ਕਰੇਗਾ, ਨਹੀਂ ਤਾਂ ਆਮ ਆਦਮੀ ਪਾਰਟੀ ਇਹ ਕੋਈ ਸੈਂਡ ਨਹੀਂ ਕਰੇਗੀ। ਔਰ ਅਗਰ ਕੋਈ ਆਮ ਆਦਮੀ ਪਾਰਟੀ ਦਾ ਵੀ ਕਾਰਜਕਰਤਾ ਕੋਈ ਪੈਸੇ ਮੰਗਦਾ ਕੰਮ ਕਰਵਾਉਣ ਵਾਸਤੇ, ਉਹਦੀ ਵੀ ਸਜ਼ਾ ਹੋਈ ਹੋਏਗੀ। ਤਾਂ ਮੈਂ ਸਾਰੀ ਇੰਡਸਟਰੀ ਨੂੰ, ਸਾਰੇ ਲੋਕਾਂ ਨੂੰ, ਸਾਰੇ ਟ੍ਰੇਡਰ ਨੂੰ, ਸਾਰੇ ਮੇਰੇ ਵੀਰ ਆਮ ਆਦਮੀ ਪਾਰਟੀ ਦੇ ਮੇਰੇ ਕਾਰਜਕਰਤਾ ਸਾਰਿਆਂ ਵਾਸਤੇ ਮੈਸੇਜ ਕਲੀਅਰ ਹੋਣਾ ਚਾਹੀਦਾ ਹੈ ਕਿ ਅਸੀਂ ਇੱਥੇ ਲੋਕ ਸੇਵਾ ਵਾਸਤੇ ਆਏ ਹਾਂ ਔਰ ਲੋਕ ਸੇਵਾ ਕਰਾਂਗੇ, ਹਰ ਇਨਸਾਨ ਦਾ ਕੰਮ ਕਰਾਂਗੇ, ਅਮੀਰ ਹੋ, ਗਰੀਬ ਹੋ, ਬੜਾ ਹੋ, ਛੋਟਾ ਹੋ। ਮੈਂ ਸਾਰੀ ਸਮੁੱਚੀ ਲੀਡਰਸ਼ਿਪ, ਆਦਰਣੀ ਸੁਪਰੀਮੋ ਕੇਜਰੀਵਾਲ ਜੀ, ਅਰਵਿੰਦ ਕੇਜਰੀਵਾਲ ਜੀ, ਆਦਰਣੀ ਡਾਕਟਰ ਸੰਦੀਪ ਪਾਠਕ, ਮੈਂਬਰ ਆਫ ਰਾਜ ਸਭਾ, ਸਾਡੇ ਬਹੁਤ ਹੀ ਆਦਰਣੀ ਲੋਕਪ੍ਰਿਯ ਚੀਫ ਮਿਨਿਸਟਰ ਭਗਵੰਤ ਮਾਨ ਜੀ, ਬਾਕੀ ਸਾਰੀ ਮੇਰੀ ਲੀਡਰਸ਼ਿਪ ਪੰਜਾਬ ਦੀ, ਦਿੱਲੀ ਦੀ, ਜਿਹੜੀ ਵੀ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੀ, ਮੈਂ ਸਾਰਿਆਂ ਦਾ, ਮੈਨੂੰ ਵਾਈਸ ਪ੍ਰੈਜੀਡੈਂਟ ਪੰਜਾਬ ਅਪੁਆਇੰਟ ਕਰਨ 'ਤੇ ਸਾਰਿਆਂ ਦਾ ਧੰਨਵਾਦ ਕਰਦਾ ਔਰ ਉਮੀਦ ਕਰਦਾ ਔਰ ਉਹਨਾਂ ਨੂੰ ਯਕੀਨ ਦਿਲਾਉਣਾ ਕਿ ਜਿਹੜਾ ਤੁਸੀਂ ਮੇਰੇ ਤੋਂ ਉਮੀਦ ਕੀਤੀ ਹੈ ਉਹ ਤੋਂ ਖਰਾ ਨਿਕਲਾਂਗੇ ਔਰ ਚੰਗਾ ਦਬਾ ਕੇ ਕੰਮ ਕਰਾਂਗੇ। ਔਰ ਅੱਜ ਮੇਰੇ ਨਾਲ ਮੇਰੀ ਸਾਰੀ ਟੀਮ, ਮੇਰੇ ਬੇਸਿਕਲੀ ਇਹ ਅੱਜ ਕਾਨਫਰੰਸ ਸੁਜਾਨਪੁਰ ਵਿਧਾਨ ਸਭਾ ਦੀ ਹੈਗੀ ਹੈ, ਮੇਰੇ ਸਾਰੇ ਵੀਰ ਮੇਰੇ ਨਾਲ ਬੈਠੇ ਨੇ, ਅਮਿਤ ਮੱਡੂ ਜੀ ਸਾਡੇ ਹਲਕਾ ਇੰਚਾਰਜ ਨੇ, ਜੋਤੀ ਜੀ ਮੇਰੇ ਐਡਵੋਕੇਟ ਸਾਹਿਬ ਮੇਰੇ ਬਹੁਤ ਆਦਰਣੀ, ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤਾ, ਇਹਨਾਂ ਦਾ ਵੀ ਵੈਲਕਮ ਕਰਦਾ। ਮੇਰੇ ਛੋਟੇ ਵੀਰ ਨਾਲ ਬੈਠੇ ਹੋਏ ਨੇ, ਭਾਨੂ ਪ੍ਰਤਾਪ ਜੀ, ਸਾਬਾ ਜੀ ਮੇਰੇ ਨਾਲ ਬੈਠੇ, ਪਠਾਨੀਆ ਜੀ,
ਸੁਭਾਸ਼ ਸਲਾਰੀਆ, ਰਕੇਸ਼ ਮਾਦਿਨ ਜੀ, ਸਾਰੀ ਸਮੁੱਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ। ਅੱਜ ਮੈਂ ਤੁਹਾਨੂੰ ਯਕੀਨ ਦਿਲਾਉਣਾ ਕਿ ਜਿਹੜਾ ਗਲਤ ਫਹਿਮੀ 'ਚ ਦੁਨੀਆ ਬੈਠੀ ਸੀਗੀ ਕਿ ਬਹੁਤ ਕਰਪਸ਼ਨ ਹੈ ਪਠਾਨਕੋਟ 'ਚ, ਕੰਮ ਨਹੀਂ ਹੁੰਦਾ, ਅਫਸਰ ਕੰਮ ਨਹੀਂ ਕਰਦੇ, ਅੱਜ ਇਹ ਮੈਸੇਜ ਸਾਰਿਆਂ ਨੂੰ ਕਲੀਅਰ ਹੋ ਜਾਣਾ ਚਾਹੀਦਾ ਕਿ ਕੋਈ ਅਫਸਰ ਅਗਰ ਪਬਲਿਕ ਦਾ ਕੰਮ ਨਹੀਂ ਕਰਦਾ ਔਰ ਪੈਸੇ ਮੰਗਦਾ ਹੈ। ਮੇਰਾ ਨੰਬਰ ਤੁਹਾਨੂੰ ਸਾਰਿਆਂ ਨੂੰ ਪਤਾ, ਮੈਨੂੰ ਦੱਸਿਓ, ਮੈਂ ਉਸ ਅਫਸਰ ਦੀ ਜਗ੍ਹਾ, ਇੱਕੋ ਹੀ ਜਗ੍ਹਾ ਹੋਏਗੀ ਜੇਲ੍ਹ ਵਿੱਚ, ਔਰ ਉਹ ਕੰਮ ਵੀ ਕਰੇਗਾ, ਨਹੀਂ ਤਾਂ ਆਮ ਆਦਮੀ ਪਾਰਟੀ ਇਹ ਕੋਈ ਸਹਿਣ ਨਹੀਂ ਕਰੇਗੀ। ਔਰ ਅਗਰ ਕੋਈ ਆਮ ਆਦਮੀ ਪਾਰਟੀ ਦਾ ਵੀ ਕਾਰਜਕਰਤਾ ਕੋਈ ਪੈਸੇ ਮੰਗਦਾ ਕੰਮ ਕਰਵਾਉਣ ਵਾਸਤੇ, ਉਹਦੀ ਵੀ ਸਜ਼ਾ ਹੋਈ ਹੋਏਗੀ। ਅਤੇ ਮੈਂ ਸਾਰੀ ਇੰਡਸਟਰੀ ਨੂੰ, ਸਾਰੇ ਲੋਕਾਂ ਨੂੰ, ਸਾਰੇ ਟ੍ਰੇਡਰ ਨੂੰ, ਸਾਰੇ ਮੇਰੇ ਵੀਰ ਆਮ ਆਦਮੀ ਪਾਰਟੀ ਦੇ ਮੇਰੇ ਕਾਰਜਕਰਤਾ ਸਾਰਿਆਂ ਵਾਸਤੇ ਮੈਸੇਜ ਕਲੀਅਰ ਹੋਣਾ ਚਾਹੀਦਾ ਹੈ ਕਿ ਅਸੀਂ ਇੱਥੇ ਲੋਕ ਸੇਵਾ ਵਾਸਤੇ ਆਏ ਹਾਂ ਔਰ ਲੋਕ ਸੇਵਾ ਕਰਾਂਗੇ, ਹਰ ਇਨਸਾਨ ਦਾ ਕੰਮ ਕਰਾਂਗੇ, ਅਮੀਰ ਹੋ, ਗਰੀਬ ਹੋ, ਬੜਾ ਹੋ, ਛੋਟਾ ਹੋ।